ਤੇ ਅੱਗੇ ਉਹਨਾਂ ਨੂੰ ਜਿਹੜੀ ਟੈਲੀਫੋਨ ਦੀ ਸੁਵਿਧਾ ਸੀਗੀ ਉਹ ਪਰਿਵਾਰ ਨਾਲ ਹਫ਼ਤੇ 'ਚ ਇੱਕ ਦੋ ਵਾਰੀ ਗੱਲ ਕਰ ਲੈਂਦੇ ਸੀ, ਉਹ ਵੀ ਸਾਨੂੰ ਸੁਣ 'ਚ ਆਇਆ ਕਿ ਉਹ ਵੀ ਬੰਦ ਕਰ ਦਿੱਤੀ ਗਈ। ਅੱਜ ਇੱਕ ਘਟਨਾ ਜਿਹੜੀ ਵਾਪਰੀ ਹੈ, ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਸੀ ਜਿਹੜਾ, ਉਹ ਸੁਪਰਡੈਂਟ ਨੂੰ ਫੜਿਆ ਗਿਆ ਵਾ। ਉਸ ਘਟਨਾ ਨੂੰ ਕਿਵੇਂ ਵੇਖਦੇ ਆ? ਬੜੇ ਦਿਨਾਂ ਬਾਅਦ ਅਚਾਨਕ ਇਹ ਘਟਨਾ ਵਾਪਰਦੀ ਆ ਕਿ ਜਿਹਨੇ ਕੈਮਰੇ ਲਾਏ ਸੀ। ਕੀ ਬਣੀ ਆ ਸਿੰਘ ਸਾਹਿਬ ਵੱਲੋਂ, ਉਹਦੇ ਉੱਤੇ ਕੀ ਲੱਗਦਾ ਤੁਹਾਨੂੰ, ਕਿੰਨੀ ਛੇਤੀ ਫੈਸਲਾ ਹੋ? ਨਹੀਂ ਜੀ, ਇਹ ਨਾ ਤਾਂ ਸਾਡਾ ਕਮੇਟੀ ਅਸ਼ਨੀ ਸਿੰਘ ਸਾਹਿਬ ਕੋਈ ਆਪਣਾ ਮਸਲਾ ਰੱਖਿਆ, ਇਹ ਸਿੰਘ ਸਾਹਿਬ ਨੇ ਕਮੇਟੀ ਬਣਾਈ ਹੈ। ਕਮੇਟੀ ਨੇ ਕਿੱਦਾਂ ਕੰਮ ਕਰਨਾ, ਕਿਸ ਡਾਇਰੈਕਸ਼ਨ 'ਚ ਕਰਨਾ, ਉਹ ਸਿੰਘ ਸਾਹਿਬ ਹੀ ਦੱਸ ਸਕਦੇ ਆ। ਡਿਬਰੂਗੜ੍ਹ 'ਚ ਜਿਹੜੇ ਨੌਜਵਾਨ ਉਹਦੇ ਜੇਲ੍ਹ ਤਬਦੀਲੀਆਂ ਵਾਸਤੇ ਜਿਹੜਾ ਮੋਰਚਾ ਲੱਗਾ ਸੀ, ਦੋ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਵਾ, ਅਤੇ ਜੇ ਆਪਾਂ ਉੱਥੇ ਦੀ ਗੱਲ ਕਰਦੇ ਹਾਂ ਤਾਂ ਕੋਈ ਨਾ ਕੋਈ ਉੱਥੇ ਪ੍ਰੋਬਲਮ ਵੀ ਆ ਰਹੀਆਂ ਵਾ ਨੌਜਵਾਨਾਂ ਨੂੰ, ਅਤੇ ਇੱਥੇ ਬੈਠੀਆਂ ਹੋਈਆਂ ਮਤਾਵਾਂ 'ਤੇ ਵੀ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਆ, ਕਿਉਂਕਿ ਕੱਲ੍ਹ ਵੀ ਅਤੇ ਅੱਜ ਦੀਆਂ ਜਿਹੜੀਆਂ ਤਸਵੀਰਾਂ ਸੀ ਉਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਨੂੰ ਪ੍ਰੋਬਲਮ ਆਈ ਸੀ, ਕੱਲ੍ਹ ਰੌਂਕੇ ਜਿਹੜੀ ਮਾਤਾ ਜੀ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੂੰ ਵੀ ਕੁਛ ਪ੍ਰੋਬਲਮ ਆਈਆਂ ਸੀ, ਕਿਉਂਕਿ ਕਈ ਦਿਨ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠਣਾ ਉਹਦੇ ਨਾਲ ਵੀ, ਅਤੇ ਇੱਕ ਪਾਸੇ ਸਿੰਘ ਸਾਹਿਬ ਨੂੰ ਜਦੋਂ ਪਰਿਵਾਰ ਮਿਲਦਾ ਵਾ ਅਤੇ 5 ਮੈਂਬਰੀ ਕਮੇਟੀ ਵੀ ਬਣਦੀ ਆ, ਉਹਦੇ ਵਾਸਤੇ ਵੀ ਗੱਲ ਕਰਾਂਗੇ। ਭਾਈ ਅੰਮ੍ਰਿਤਪਾਲ ਸਿੰਘ ਪਿਤਾ ਜੀ ਸਾਡੇ ਨਾਲ ਆ, ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਬਣੀ ਆ ਸਿੰਘ ਸਾਹਿਬ ਵੱਲੋਂ, ਉਹਦੇ ਉੱਤੇ ਕੀ ਲੱਗਦਾ ਤੁਹਾਨੂੰ, ਕਿੰਨੀ ਕੁ ਛੇਤੀ ਫੈਸਲਾ ਹੋ? ਨਹੀਂ ਜੀ, ਇਹ ਨਾ ਤਾਂ ਸਾਡਾ ਕਮੇਟੀ ਅਸ਼ਨੀ ਸਿੰਘ ਸਾਹਿਬ ਕੋਈ ਆਪਣਾ ਮਸਲਾ ਰੱਖਿਆ, ਇਹ ਸਿੰਘ ਸਾਹਿਬ ਨੇ ਕਮੇਟੀ ਬਣਾਈ ਹੈ। ਕਮੇਟੀ ਨੇ ਕਿੱਦਾਂ ਕੰਮ ਕਰਨਾ, ਕਿਸ ਡਾਇਰੈਕਸ਼ਨ 'ਚ ਕਰਨਾ, ਉਹ ਸਿੰਘ ਸਾਹਿਬ ਹੀ ਦੱਸ ਸਕਦੇ ਆ। ਕਿ ਤੁਹਾਨੂੰ ਆਣ ਕੇ ਗੱਲਬਾਤ ਹੋਈ? ਨਹੀਂ, ਸਾਨੂੰ ਕੋਈ ਉਦੋਂ ਬਾਅਦ 'ਚ ਕੋਈ ਗੱਲਬਾਤ ਨਹੀਂ ਹੋਈ, ਉਹ ਵਰਬਲੀ ਉਹ ਕੱਲ੍ਹ ਜਾਣ ਤੋਂ ਪਹਿਲਾਂ ਮਿਲੇ ਸੀ ਸੁਖਪ੍ਰੀਤ ਜੀ, ਇੱਥੇ ਆਏ ਸੀ ਅਤੇ ਉਹ ਕਹਿੰਦੇ ਸੀ ਮੈਂ ਵੀ ਕਮੇਟੀ ਦਾ ਪਾਰਟ ਹਾਂ, ਅਤੇ ਅਸੀਂ ਉਦੋਂ ਬਾਅਦ 'ਚ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਕਿ ਉਹ ਕਮੇਟੀ ਕਿੱਧਰ ਸਿੰਘ ਸਾਹਿਬ ਦੇ ਆਦੇਸ਼ਾਂ 'ਤੇ ਕਿੱਦਾਂ ਕੰਮ ਕਰਦੀ ਹੈ, ਇਹ ਸਿੰਘ ਸਾਹਿਬ ਹੀ ਦੱਸ ਸਕਦੇ ਆ। ਕਿ ਅਗਲਾ ਕਦਮ ਸਰਕਾਰ ਨੂੰ ਮਿਲਦਾ ਵੀ ਹੋਊਗਾ, ਕੋਈ ਪ੍ਰਸ਼ਾਸਨ ਨੂੰ ਮਿਲਦਾ ਹੋਊਗਾ ਕਿ ਸਾਰੀ ਗੱਲ ਸਿੰਘ ਸਾਹਿਬ 'ਤੇ ਸੁੱਟ ਦਿਓ ਤੁਸੀਂ? ਨਹੀਂ, ਅਸੀਂ ਤਾਂ ਸਿੰਘ ਸਾਹਿਬ 'ਤੇ ਹੀ ਸਾਰੀ ਗੱਲ ਛੁੱਟੀ ਹੋਈ ਜੀ, ਹੁਣ ਇਹ ਚੀਜ਼ ਕਿ ਇਸ ਪ੍ਰਸ਼ਾਸਨ ਵਾਲਾ ਕੋਈ ਸਰਕਾਰ 'ਤੇ ਕੋਈ ਅਜੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ, ਜੇ ਕੋਈ ਕਰਨਗੇ ਵੀ ਤਾਂ ਅਸੀਂ ਸਿੰਘ ਸਾਹਿਬ ਨੂੰ ਨਾਲ ਲੈ ਕੇ ਹੀ ਕੋਈ ਗੱਲ ਕੀਤੀ ਜਾਊਗੀ। ਜੇ ਕੋਈ ਸਰਕਾਰ ਵੱਲੋਂ ਅਪੀਲ ਦਲੀਲ ਕੋਈ ਗੱਲਬਾਤ ਹੁੰਦੀ ਆ ਅਤੇ ਸਿੰਘ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਗੱਲ ਕਰੂਗੀ, ਤੁਹਾਨੂੰ ਲੱਗਦਾ ਹੁਣ ਅਗਲੇ ਪਾਸੇ? ਨਹੀਂ, ਅਸੀਂ ਤਾਂ ਉਹਨਾਂ ਸਿੰਘ ਸਾਹਿਬ ਨੂੰ ਹੀ ਹੁਣ ਸੌਂਪਿਆ ਇਹ ਮੁੱਦਾ, ਉਹ ਸਿੱਖ ਕਮੇਟੀ ਕਰਦੀ ਆ ਜਾਂ ਕੋਈ ਹੋਰ ਕੋਈ ਬੰਦਾ ਕਰਦਾ, ਉਹ ਸਿੰਘ ਸਾਹਿਬ ਜੀ। ਅੱਜ ਇੱਕ ਘਟਨਾ ਜਿਹੜੀ ਵਾਪਰੀ ਹੈ, ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਸੀ ਜਿਹੜਾ, ਉਹ ਸੁਪਰਡੈਂਟ ਨੂੰ ਫੜਿਆ ਗਿਆ ਵਾ। ਉਸ ਘਟਨਾ ਨੂੰ ਕਿਵੇਂ ਵੇਖਦੇ ਆ? ਬੜੇ ਦਿਨਾਂ ਬਾਅਦ ਅਚਾਨਕ ਇਹ ਘਟਨਾ ਵਾਪਰਦੀ ਆ ਕਿ ਜਿਹਨੇ ਕੈਮਰੇ ਲਾਏ ਸੀ, CCTV ਜੋ ਵੀ ਲੱਗਾ ਸੀ ਉੱਥੇ, ਉਸ ਸੁਪਰਡੈਂਟ ਨੂੰ ਫੜ ਲਿਆ ਜਾਂਦਾ। ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ, ਉਹ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਕੈਮਰੇ ਤਾਂ ਉਸੇ ਵਿਰੋਧ 'ਚ ਹੀ ਉਹ ਭੁੱਖ ਹੜਤਾਲ 'ਤੇ ਗਏ, ਅਤੇ ਜੇ ਸੁਪਰਡੈਂਟ ਦੀ ਜਾਂ ਕਿਸੇ ਬੰਦੇ ਹੋਰ ਲਵਾਉਣ ਵਾਲੇ ਦੀ ਗਲਤੀ ਸੀ ਤਾਂ ਉਹਨਾਂ ਨੂੰ ਉਦੋਂ ਅਰੈਸਟ ਕਰਨਾ ਚਾਹੀਦਾ ਸੀ। ਇੰਨੇ ਦਿਨਾਂ ਬਾਅਦ ਹੁਣ ਇਹ ਮਾਮਲੇ ਨੂੰ ਕੋਈ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਅਤੇ ਅੱਗੇ ਉਹਨਾਂ ਨੂੰ ਜਿਹੜੀ ਟੈਲੀਫੋਨ ਦੀ ਸੁਵਿਧਾ ਸੀਗੀ ਉਹ ਪਰਿਵਾਰ ਨਾਲ ਹਫ਼ਤੇ 'ਚ ਇੱਕ ਦੋ ਵਾਰੀ ਗੱਲ ਕਰ ਲੈਂਦੇ ਸੀ, ਉਹ ਵੀ ਸਾਨੂੰ ਸੁਣ 'ਚ ਆਇਆ ਕਿ ਉਹ ਵੀ ਬੰਦ ਕਰ ਦਿੱਤੀ ਗਈ। ਕਿੰਨੇ ਕੁ ਦਿਨ ਹੋ ਗਏ ਗੱਲਬਾਤ ਹੋਈ? ਸਾਡੀ ਉਹ ਦੋ ਦਿਨ ਹੋ ਗਏ ਗੱਲਬਾਤ ਹੋਇਆ ਨੂੰ, ਸਿੰਘ ਨਾਲ ਨਹੀਂ ਗੱਲਬਾਤ ਹੋਈ ਹੁਣ, ਉਦੋਂ ਬਾਅਦ 'ਚ ਕਿਸੇ ਦੀ ਨਹੀਂ ਗੱਲ। ਹੁਣ ਇਹ ਨਾ ਕਿ ਸਾਡੇ ਵਕੀਲ ਤੋਂ ਪਤਾ ਲੱਗਾ ਕਿ ਉਹਨਾਂ ਨੇ ਵਰਬਲੀ ਚਿੱਠੀ ਆ ਗਈ ਕਿ ਉਹ ਇਹ ਸਹੂਲਤ ਬੰਦ ਕਰ ਦਿੱਤੀ ਗਈ। ਬੜਾ ਵੱਡਾ ਕਦਮ ਆ ਸਰਕਾਰ ਵੱਲੋਂ, ਸੁਪਰਡੈਂਟ ਨੂੰ ਫੜ ਲੈਣਾ, ਉਹਦੇ ਉੱਤੇ ਪਰਚਾ ਦਰਜ ਹੋ ਜਾਣਾ, ਬੜੀ ਵੱਡੀ ਕਾਰਵਾਈ ਹੈ ਜਿਸ ਦੇਖੀ ਆਪਾਂ। ਇਸ ਕਾਰਵਾਈ ਨੂੰ ਤੁਸੀਂ ਕਿਵੇਂ ਵੇਖਦੇ ਆ? ਇਸ ਮੋਰਚੇ ਨੂੰ ਕੋਈ ਫਰਕ ਪਊਗਾ ਜਾਂ ਦੂਜੇ ਪਾਸੇ ਨੌਜਵਾਨ ਦੀ ਭੁੱਖ ਹੜਤਾਲ ਦੇ ਵਿੱਚ? ਨਹੀਂ, ਇਹਦੇ 'ਚ ਅਸੀਂ ਤਾਂ ਕੁਛ ਨਹੀਂ ਦੱਸ ਸਕਦੇ, ਅਸੀਂ ਤਾਂ ਆਪਣੀ ਜਗ੍ਹਾ 'ਤੇ ਲੱਗੇ ਹੋਏ ਹਾਂ, ਜਿੰਨਾ ਚਿਰ ਸਾਨੂੰ ਕੋਈ ਸਿੰਘ ਸਾਹਿਬ ਦਾ ਆਦੇਸ਼ ਨਹੀਂ ਹੁੰਦਾ ਵੀ ਅੱਗੇ ਕੀ ਕਰਨਾ, ਅਤੇ ਬਾਕੀ ਹੁਣ ਇਹ ਉਹ ਸਿੰਘ ਸਾਹਿਬ ਹੀ ਦੱਸ ਸਕਦੇ ਵੀ ਇਹ ਕੀ ਕਰਨਾ। ਪਰ ਇਹ ਚੀਜ਼ ਆ ਕਿ ਬਹੁਤ ਗਲਤ ਹੋ ਰਿਹਾ ਜੋ ਵੀ ਕੁਛ ਹੋ ਰਿਹਾ, ਕਿ ਜੇ ਉਹਨਾਂ ਦੀ ਟੈਲੀਫੋਨ ਦੀ ਜਿਹੜੀ ਸੁਵਿਧਾ ਸੀ, ਉਹਨਾਂ ਦੀ ਜਿਹੜੀ ਹਾਲਾਤ ਸੀਗੇ ਸਾਨੂੰ ਪਲ ਪਲ ਇੱਕ ਦੋ ਦਿਨ ਬਾਅਦ ਪਤਾ ਲੱਗ ਜਾਂਦਾ ਸੀ ਵੀ ਉਹ ਠੀਕ ਆ, ਅਤੇ ਹੁਣ ਸਾਡੀ ਹੋਰ ਚਿੰਤਾ ਇਸ ਗੱਲ ਤੋਂ ਵੱਧ ਗਈ ਕਿ ਹੁਣ ਉਹਨਾਂ ਦਾ ਸੰਪਰਕ ਵੀ ਸਾਡਾ ਟੁੱਟ ਗਿਆ। ਲੱਗਦਾ ਕਿ ਜਿਹੜੀ ਕਾਰਵਾਈ ਕੀਤੀ ਹੋਗੀ ਇਕੱਲੇ ਸੁਪਰਡੈਂਟ ਨੇ ਕੀਤੀ ਹੋਗੀ, ਹੋਰ ਕਿਸੇ ਉੱਚ ਅਧਿਕਾਰੀ ਦਾ ਕੰਮ ਨਹੀਂ ਹੈਗਾ ਜਿਹੜੀ ਜੇਲ੍ਹ ਦੇ ਵਿੱਚ ਜਿਹਨੂੰ ਇਸ ਟਾਈਮ 'ਤੇ ਗ੍ਰਿਫਤਾਰ ਕੀਤਾ? ਨਹੀਂ, ਇਹ ਤਾਂ ਜੇ ਕੋਈ ਉਹ ਜੋ ਵੀ ਸਾਜਿਸ਼ ਹੋਈ ਕੋਈ ਵੱਡੇ ਲੈਵਲ 'ਤੇ ਹੋ ਰਹੀ ਹੋਗੀ, ਸਰਕਾਰ ਦੇ ਲੈਵਲ 'ਤੇ ਕੋਈ ਵੱਡਾ ਏਜੰਸੀ ਜਾਂ ਕੋਈ ਸਰਕਾਰ ਹੀ ਤਾਂ ਫੜ ਰਹੀ ਹੈ, ਸੋਚੋ ਸਰਕਾਰ ਦਾ ਪ੍ਰੈਸ਼ਰ ਹੀ ਹੋਊਗਾ ਪ੍ਰਸ਼ਾਸਨ ਨੂੰ, ਪ੍ਰਸ਼ਾਸਨ ਦੇ ਵਿੱਚ ਹੋਇਆ ਫਿਰ ਹੀ ਫੜਿਆ ਜਾਂਦਾ ਨਾ ਸੁਪਰਡੈਂਟ। ਉਹ ਜੀ ਕੀ ਇੱਕ ਵਾਰੀ ਫੜ ਲੈਣਗੇ, 2-4 ਦਿਨ ਬਾਅਦ 'ਚ ਮਾਮਲੇ ਠੰਡਾ ਕਰਕੇ ਫਿਰ ਛੱਡ ਦੇਣਗੇ, ਉਹ ਸਰਕਾਰ ਕੋਲ ਹੀ ਹੈ ਸਾਰਾ ਕੁਛ, ਸਾਰੀ ਪਾਵਰਾਂ ਸਰਕਾਰ ਕੋਲ ਹੀ ਹੈ ਕਿ ਇਸ ਨੂੰ ਮਾਮਲੇ ਨੂੰ ਰਫਾ ਦਫਾ ਕਰਨ ਦੀ ਸਾਜਿਸ਼ ਕੀਤੀ ਜਾ ਰਹੀ। ਹਾਂ ਜੀ, ਕੋਈ ਇਹੋ ਜਿਹਾ ਹੀ ਕੋਈ ਹੋ ਰਿਹਾ ਜੀ। ਅਤੇ ਹੁਣ ਕੇਵਲ ਤੁਸੀਂ ਸਿੰਘ ਸਾਹਿਬ 'ਤੇ ਟੇਕ ਰੱਖੀ ਹੋਈ ਆ ਕਿ ਸਿੰਘ ਸਾਹਿਬ ਹੀ ਕਿਸੇ ਫੈਸਲੇ 'ਤੇ ਨਿਪਟਾਰਾ ਉਧਰਲੇ ਪਾਸੇ ਹੋ? ਹਾਂਜੀ, ਅਸੀਂ ਉਹਨਾਂ ਨੂੰ ਦਿੱਤਾ ਮੌਕਾ ਜੀ, ਉਹ ਦੇਖਣਗੇ ਹੁਣ ਕੀ ਕਰਨਾ। ਵਾਹਿਗੁਰੂ ਜੀ, ਵਾਹਿ ਖਾਲਸਾ ਫਤਿਹ।
टेक आ साडी कि सिंह साहब ही जिहड़ा फैसला लैणगे। हाँ, पंज मैंबरी कमेटी वो अपने हिसाब नाल किवें काम करदी आ इह ते उहनां नूं पता वा, सानूं जरूर उद्धव के साहब सुखप्रीत उद्धव के साहब जिहड़े कि इस कमेटी का हिस्सा वा वह जरूर कल मिल के गए आ ते अगली कार्रवाई की कर रही है कमेटी वह तो उन्होंने पता वा। तो डिब्रूगढ़ जेल का सुपरटेंडेंट फड़े जाने उन्हें कहा कि कितने साजिश का हिस्सा ना हो, क्योंकि पहलों इस काम को अंजाम दिता गया तो हूँ उस सुपरटेंडेंट को फड़ लिया गया वा, वह कितने साजिश का किसी का हिस्सा तो नहीं। पर आने वाले समय के किहोजियां तंदा जुड़दियाँ जेल सुपरटेंडेंट के नाल की बनता वा, ये तो आने वाला समय दसूगा। पर कहते कि उधरले पासे जो डिब्रूगढ़ जेल च बैठे हुए नौजवानों के नाल अगे साड़ी गलबात हो जाती सी, पर हुण साडा राबता कायम नहीं हो रहा, दो तीन दिन तो राबता भी नहीं कायम हो रहा, पता नहीं लग रहा कि हालात उत्थे दे किवें दे आ, इस बारे नहीं पता लग रहा। तो मोर्चा जिहड़ा दो हफ्ते तो वध दा समां इत्थे भी हो गया, वो कहते कि इस मोर्चे को इसे तरह चलता रखांगे ते नाल जिहड़ा भी सिंह साहब फैसला लैणगे पंज मैंबरी कमेटी फैसला लऊगी उस हिसाब दे नाल ही अगली पासे सरकार दे नाल जो भी राबता कायम करना वा वो सिंह साहब जानन जां उन्हां दी कमेटी जिहड़ी उन्हां नाल बनाई गई आ उह ही अगले पासे राबता कायम करूगी।